ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਅਗਿਆਮ ਸਟੱਡੀ ਵਿਦ ਜੌਬ ਅਲਰਟ ਤੇ ਤਾਂ ਅਗਲਾ ਅਗਲਾ ਕਨਸੈਪਟ ਅੱਡ ਤੁਹਾਡੇ ਲਈ ਲੈ ਕੇ ਆਏ ਆ ਜਿਹਦੇ ਵਿੱਚ ਆਰੰਭਿਕ ਕਿਸਾਨ ਅਤੇ ਚਰਵਾਹੇ ਆਗੇ ਨਾਲ ਤੁਹਾਨੂੰ ਇਹ ਦੱਸਾਂ ਕਿ ਇਹਦੇ ਕਨਸੈਪਟ ਦੇ ਵਿੱਚੋਂ ਪਹਿਲਾਂ ਕਿਹੜੇ ਕੁਐਸਚਨ ਹੈ ਜਿਹੜੇ ਆਏ ਹੈ ਸੋ ਇਹਦੇ ਵਿੱਚ ਅੱਗ ਦੀ ਖੋਜ ਆ ਜਾਏਗੀ ਪ੍ਰਾਤਨ ਪੱਥਰ ਯੁੱਗ ਦੇ ਉਜਾਰ ਆ ਜਾਣਗੇ ਪਸ਼ੂ ਪਾਲਣ ਆ ਜਾਏਗਾ ਮਨੁੱਖ ਦਾ ਵਿਸ਼ਵਾਸ ਆ ਜਾਏਗਾ ਯਾਨੀ ਕੀ ਧਰਮ ਆ ਜਾਏਗਾ ਕਿਹਨੂੰ ਮੰਨਦਾ ਸੀ ਇਸ ਤੋਂ ਇਲਾਵਾ ਇਹਦੇ ਵਿੱਚ ਖੇਤੀਬਾੜੀ ਆਵਾਜਾਈ ਦੇ ਸਾਧਨ ਕਪੜਾ ਬਣਾਉਣ ਦੀ ਕਲਾ ਅਤੇ ਮਨੁੱਖ ਦਾ ਆਰੰਭਿਕ ਸਮਾਜ ਸਮਾਜਿਕ ਜੀਵਨ ਹੈ ਜਿਹੜਾ ਕਿਹੜਾ ਸੀ ਤਾਂ ਇਹ ਸਾਰਾ ਕੁਝ ਇਹ ਵਿਚਾਰੇਗਾ ਆਪਣੇ ਆਪ ਦੇ ਵਿੱਚ ਇਹ ਕੁਐਸਚਨ ਨੇ ਤਾਂ ਜਿਨ੍ਹਾਂ ਨੇ ਹਾਲੇ ਤੱਕ ਪਹਿਲਾ ਵਾਲੇ ਭਾਗ ਰੀਡ ਨਹੀਂ ਕੀਤੇ ਤਾਂ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਜਾਂ ਫਿਰ ਉੱਪਰ ਤੁਹਾਨੂੰ ਆਈਕਨ ਤੇ ਲਿੰਕ ਸ਼ੋ ਹੋਏਗਾ ਇਸ ਤੇ ਜਾ ਕੇ ਦੇਖ ਸਕਦੇ ਆ ਤਾਂ ਸਟਾਰਟ ਕਰਦੇ ਆ ਜੀ ਤਾਂ ਸਭ ਤੋਂ ਪਹਿਲਾਂ ਇਹ ਤੁਹਾਨੂੰ ਕੁਐਸਚਨ ਦੱਸਦੀ ਹੈ ਕਿਹੜਾ ਇਹਦੇ ਵਿੱਚੋਂ ਦੋ ਕੁਐਸਚਨ ਜਿਹੜੇ ਬਣੇ ਸੀਗੇ ਤਾਂ ਇੱਕ ਤਾਂ ਇਹਦੇ ਵਿੱਚੋਂ ਇਹ ਪੁੱਛਿਆ ਗਿਆ ਸੀ ਕਿ ਮਾਦਾਕਲੀਨ ਭਾਰਤ ਦੇ ਵਿੱਚ ਕਿਹੜੀ ਖਾਨ ਦੀ ਵਸਤੂ ਬਾਰੇ ਲੋਕ ਆ ਜਿਹੜੇ ਨਹੀਂ ਜਾਣਦੇ ਸਨ ਤਾਂ ਉਹ ਆ ਗਿਆ ਸੀਗਾ ਜੀ ਕਾਲੀ ਮਿਰਚ ਦੂਸਰਾ ਕੁਐਸਚਨ ਇਹਦੇ ਵਿੱਚੋਂ ਆਇਆ ਹੋਇਆ ਇਸ ਕਨਸੈਪਟ ਦੇ ਵਿੱਚੋਂ ਚਾਵਲ ਦੀ ਉਕਾਸਤਾ ਜਿਹੜੀ ਸਭ ਤੋਂ ਪਹਿਲਾਂ ਕਿੱਥੇ ਕੀਤੀ ਗਈ ਸੀ ਤਾਂ ਇਹ ਕੀਤੀ ਗਈ ਸੀ ਦੱਖਣੀ ਏਸ਼ੀਆ ਦੇ ਵਿੱਚੋਂ ਤਾਂ ਦੋ ਕੁਐਸਚਨ ਜਿਹੜੇ ਆਏ ਐ ਦੋ ਤਾਂ ਇਹ ਆਏ ਬਾਕੀ ਹੋਰ ਵੀ ਇਹਦੇ ਵਿੱਚੋਂ ਅੱਗੇ ਆਪਾਂ ਕਨਸੈਪਟ ਕਰਾਂਗੇ ਇਹਦੇ ਵਿੱਚੋਂ ਕਾਫੀ ਕੁਐਸਚਨ ਜਿਹੜੇ ਬਣਦੇ ਆ ਤੇ ਇੰਪੋਰਟੈਂਟ ਵੀ ਐ ਸੋ ਜ਼ਰੂਰ ਨਾਲ ਦੀ ਨਾਲ ਜੋ ਗੱਲ ਕਹਿੰਦੇ ਆ ਨੋਟ ਜਰੂਰ ਕਰ ਲਿਆ ਕਰੋ ਤਾਂ ਜੋ ਨਾਲ ਦੀ ਨਾਲ ਤੁਹਾਡੇ ਜਿਹੜੇ ਸ਼ਾਰਟ ਦੇ ਵਿੱਚ ਨੋਟਿਸ ਹੈ ਉਹ ਤਿਆਰ ਹੋ ਜਾਣਗੇ ਬਾਕੀ ਤੁਸੀਂ ਸੁਣ ਕੇ ਲਿਖ ਦਿਓ ਤਾਂ ਤੁਹਾਡੇ ਯਾਦ ਵੀ ਹੈ ਜਿਹੜਾ ਰਹੂਗਾ ਤਾਂ ਸਭ ਤੋਂ ਪਹਿਲਾਂ ਆਪਣਾ ਪੁਆਇੰਟ ਆ ਗਿਆ ਆਰੰਭਿਕ ਮਨੁੱਖ ਦਾ ਸਮਾਜਿਕ ਜੀਵਨ ਹੈ ਜਿਹੜਾ ਕਿਹੋ ਜਿਹਾ ਸੀਗਾ ਤਾਂ ਆਰੰਭਿਕ ਮਨੁੱਖ ਦਾ ਜੀਵਨ ਜਿਹੜਾ ਬਹੁਤ ਅਸੁਵਿਧਾਜਨਕ ਸੀਗਾ ਕਿਉਂਕਿ ਉਹ ਭੋਜਨ ਕੱਪੜੇ ਅਤੇ ਆਵਾਸ ਆਦਿ ਸਮੱਸਿਆਵਾਂ ਨਾਲ ਅਗਰਸਤ ਸੀਗਾ ਤਾਂ ਉਸ ਨੂੰ ਇਹਦੀਆਂ ਸਮੱਸਿਆਵਾਂ ਆਉਦੀਆਂ ਸੀਗਾ ਭੋਜਨ ਦੀਆਂ ਕੱਪੜੇ ਦੀਆਂ ਅਤੇ ਜੋ ਵੀ ਉਹਦਾ ਲਿਵਾਸ ਹੁੰਦਾ ਸੀ ਆਵਾਸ ਹੁੰਦਾ ਸੀ ਤਾਂ ਆਪਣੀ ਰੱਖਿਆ ਲਈ ਉਹ ਆਪਣੇ ਸਾਥੀਆਂ ਨਾਲ ਸ਼ਿਕਾਰ ਕਰਨ ਅਤੇ ਫਲ ਇਕੱਠੇ ਕਰਨ ਹੈ ਜਿਹੜਾ ਜਾਂਦਾ ਸੀ ਇਸੇ ਤਰ੍ਹਾਂ ਉਸਨੇ ਆਪਣੇ ਜੀਵਨ ਦੀ ਸ਼ੁਰੂਆਤ ਕੀਤੀ ਸੀ ਸਮੁਦਾਇ ਵਿੱਚ ਹਰ ਪ੍ਰਾਣੀ ਨੂੰ ਜਿਹੜਾ ਕੰਮ ਕਰਨਾ ਪੈਂਦਾ ਸੀ ਸਮੁਦਾਇ ਯਾਨੀ ਕਿ ਝੁੰਡ ਜਾਂ ਇਕੱਠ ਜਦ ਆਦਮੀ ਜਿਹੜਾ ਸ਼ਿਕਾਰ ਤੇ ਜਾਂਦੇ ਸੀ ਤਾਂ ਔਰਤਾਂ ਸੀ ਜਿਹੜੀਆਂ ਉਬਾਦ ਦੇ ਵਿੱਚ ਬੱਚਿਆਂ ਦੀ ਦੇਖਭਾਲ ਕਰਨ ਫਲ ਸਬਜ਼ੀਆਂ ਆਦ ਆ ਜਿਹੜੀਆਂ ਇਕੱਠੀਆਂ ਕਰਦੀਆਂ ਸੀ ਤਾਂ ਔਰਤਾਂ ਉਸ ਸਮੇਂ ਅਰੰਭਿਕਾ ਜਿਹੜਾ ਮਨੁੱਖ ਦਾ ਸਮਾਜਿਕ ਜੀਵਨ ਸੀਗਾ ਤਾਂ ਜਿਹੜੇ ਮਰਦ ਹੁੰਦੇ ਸੀ ਉਹ ਸ਼ਿਕਾਰ ਕਰਨ ਜਾਂਦੇ ਸੀ ਸਾਰੇ ਇਕੱਠੇ ਹੋ ਕੇ ਅਤੇ ਜਿਹੜੀਆਂ ਔਰਤਾਂ ਸੀ ਉਹ ਬੱਚਿਆਂ ਨੂੰ ਸੰਭਾਲਦੀਆਂ ਸੀ ਇਸ ਤੋਂ ਇਲਾਵਾ ਫਲ ਸਬਜ਼ੀਆਂ ਜੋ ਵੀ ਖਾਂਦੇ ਆ ਉਸ ਸਮੇਂ ਵਸਤੂਆਂ ਸੀਗੀਆਂ ਉਹਨਾਂ ਨੂੰ ਇਕੱਠਾ ਕਰਦੀਆਂ ਸੀ ਇਸ ਤੋਂ ਬਾਅਦ ਆ ਗਿਆ ਆਪਣਾ ਅਗਲਾ ਪੁਆਇੰਟ ਅੱਗ ਦੀ ਖੋਜ ਇਹ ਮੋਸਟ ਇੰਪੋਰਟੈਂਟ ਹੈ ਅੱਗ ਦੀ ਖੋਜ ਦਾ ਮਨੁੱਖ ਦੇ ਜੀਵਨ ਤੇ ਜਿਹੜਾ ਬਹੁਤ ਪ੍ਰਭਾਵ ਪਿਆ ਸੀ ਅੱਗ ਦੀ ਖੋਜ ਤੋਂ ਪਹਿਲਾਂ ਜਿਹੜਾ ਮਨੁੱਖ ਸੀਗਾ ਉਹ ਕੱਚਾ ਮਾਸ ਖਾਂਦਾ ਸੀ ਪਰ ਜਦੋਂ ਅੱਗ ਦੀ ਖੋਜ ਹੋ ਗਈ ਇਸ ਨੂੰ ਅੱਗ ਉੱਤੇ ਪਾ ਕੇ ਖਾਣ ਲੱਗ ਪਿਆ ਯਾਨੀ ਕਿ ਕੱਚੇ ਮਾਸ ਨੂੰ ਜਿਹੜਾ ਪਕਾ ਕੇ ਖਾਣ ਲੱਗ ਗਿਆ ਇਸ ਤੋਂ ਇਲਾਵਾ ਉਹ ਠੰਡ ਤੋਂ ਬਚਣ ਲਈ ਅੱਗ ਦੀ ਵਰਤੋਂ ਕਰਨ ਲੱਗ ਗਿਆ ਇਸ ਤੋਂ ਇਲਾਵਾ ਆਪਣੀਆਂ ਗੁਫਾਵਾਂ ਲਾਵਾ ਉਹ ਜੰਗਲੀ ਜਾਨਵਰਾਂ ਤੋਂ ਬਚਣ ਲਈ ਆਪਣੀਆਂ ਗੁਫਾਵਾਂ ਦੇ ਅੱਗੇ ਜਿਹੜੀ ਅੱਗ ਜਰਉਣ ਲੱਗ ਗਿਆ ਕਿਉਂਕਿ ਜਿਹੜੇ ਜਾਨਵਰ ਹੁੰਦੇ ਐ ਕਈ ਜਾਨਵਰ ਇਦਾਂ ਹੁੰਦੇ ਜਿਹੜੇ ਅੱਗ ਤੋਂ ਡਰਦੇ ਐ ਤਾਂ ਉਹਨ ਉਸ ਨੇ ਜਿੱਥੇ ਉਹ ਰਹਿੰਦਾ ਸੀਗਾ ਆਪਣੀ ਗੁਫਾ ਦੇ ਅੱਗੇ ਜਾਂ ਮਕਾਨ ਹੁੰਦੇ ਸੀਗੇ ਇਹਦੇ ਅੱਗੇ ਵੀ ਅੱਗ ਜਿਹੜੀ ਜਲਾਉਣ ਲੱਗ ਗਿਆ ਪਹਿਲਾਂ ਕੱਚਾ ਮਾਸ ਕੰਦਾ ਸੀਗਾ ਫਿਰ ਉਸ ਨੂੰ ਲਿਆ ਅੱਗ ਤੇ ਧਰ ਲਿਆ ਉਹ ਪਕਾ ਕੇ ਖਾਣ ਲੱਗ ਗਿਆ ਠੰਡ ਤੋਂ ਬਚਣ ਲਈ ਅੱਗ ਸੇਕਣ ਲੱਗ ਗਿਆ ਇਸ ਤੋਂ ਇਲਾਵਾ ਉਸ ਨੇ ਅੱਗ ਦੀ ਮਦਦ ਨਾਲ ਹਥਿਆਰ ਬਣਾਉਣੇ ਆ ਜਿਹੜੇ ਸ਼ੁਰੂ ਕਰ ਦਿੱਤੇ ਤਾਂ ਅੱਗ ਦੀ ਖੋਜ ਨਾਲ ਇੱਕ ਤਰ੍ਹਾਂ ਦਾ ਉਸ ਪ੍ਰਾਣੇ ਮਨੁੱਖ ਦਾ ਜੋ ਆਰੰਭਿਕ ਦੇ ਵਿੱਚ ਸੀਗਾ ਜੀਵਨ ਹੈ ਜਿਹੜਾ ਪੂਰੀ ਤਰ੍ਹਾਂ ਬਦਲ ਜਾਂਦਾ ਹੈ ਇਸ ਅੱਗ ਦੀ ਖੋਜ ਨੇ ਉਸ ਤੇ ਡੂੰਘਾ ਪ੍ਰਭਾਵ ਹੈ ਜਿਹੜਾ ਪਾਇਆ ਤੀਸਰਾ ਪੁਆਇੰਟ ਆ ਗਿਆ ਪ੍ਰਾਤਨ ਪੱਥਰ ਯੁੱਗ ਦੇ ਸੰਦ ਅਤੇ ਔਜ਼ਾਰ ਪ੍ਰਾਤਨ ਪੱਥਰ ਯੁੱਗ ਦੇ ਸ਼ੁਰੂ ਦੇ ਵਿੱਚ ਮਨੁੱਖ ਆਲੇ-ਦੁਆਲੇ ਪਏ ਪੱਥਰ ਦੇ ਤਿੱਖੇ ਟੁਕੜਿਆਂ ਦੇ ਔਜ਼ਾਰ ਦੀ ਵਰਤੋਂ ਜਿਹੜੀ ਕਰਦਾ ਸੀ ਪਰ ਬਾਅਦ ਦੇ ਵਿੱਚ ਉਹ ਇਹਨਾਂ ਟੁਕੜਿਆਂ ਅਤੇ ਜਿਹੜੀਆਂ ਜਾਨਵਰਾਂ ਦੀਆਂ ਹੱਡੀਆਂ ਹੁੰਦੀਆਂ ਸੀ ਇਹਨਾਂ ਨੂੰ ਘੜ ਕੇ ਹਥਿਆਰ ਬਣਾਉਣ ਲੱਗ ਗਿਆ ਇਹ ਔਜ਼ਾਰ ਅਤੇੜੇ ਹਥਿਆਰ ਸੀ ਉਹ ਮੋਟੇ ਭੱਦੇ ਅਤੇ ਖੁਰਦਰੇ ਜਿਹੜੇ ਹੁੰਦੇ ਸੀ ਤਾ ਅੱਗੇ ਗੱਲ ਕਰਦੇ ਆ ਆਰੰਭਿਕ ਮਨੁੱਖ ਦਾ ਵਿਸ਼ਵਾਸ ਸੋ ਕਿਸ ਤੇ ਦਾ ਜਿਹੜਾ ਵਿਸ਼ਵਾਸ ਸੀਗਾ ਆਰੰਭਿਕ ਮਨੁੱਖ ਦਾ ਤਾਂ ਆਰੰਭਿਕ ਮਨੁੱਖ ਜਿਹੜਾ ਕੁਦਰਤੀ ਤਾਕਤਾਂ ਨੂੰ ਦੇਵੀ ਤਾਕਤਾਂ ਮੰਨਦਾ ਸੀਗਾ ਉਹ ਬਿਜਲੀ ਦੀ ਕੜਕ ਦਾ ਤੂਫਾਨ ਬਿਮਾਰੀ ਆਹ ਤੋਂ ਡਰਦਾ ਸੀ ਇਸ ਲਈ ਹੌਲੀ-ਹੌਲੀ ਉਸ ਦੇ ਵਿੱਚ ਧਾਰਮਿਕ ਭਾਵਨਾਵਾਂ ਜਿਹੜੀਆਂ ਪੈਦਾ ਹੋਣ ਲੱਗੀਆਂ ਉਹ ਜੰਗਲੀ ਜਾਨਵਰਾਂ ਤੋਂ ਰੁੱਸਦਾ ਸੀਗਾ ਇਸ ਲਈ ਉਸ ਨੇ ਉਹਨਾਂ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ ਉਹ ਦੁਬਾਰਾ ਜਨਮ ਦੇ ਵਿੱਚ ਵਿਸ਼ਵਾਸ ਹੈ ਜਿਹੜਾ ਰੱਖਦਾ ਸੀ ਤਾਂ ਇਹ ਚੀਜ਼ਾਂ ਦੇ ਵਿੱਚ ਵਿਸ਼ਵਾਸ ਸੀਗਾ ਕਿਸ ਤਰ੍ਹਾਂ ਉਹਦੇ ਵਿੱਚ ਭਾਵਨਾਵਾਂ ਪੈਦਾ ਹੋਈਆਂ ਕਿਸ ਤਰ੍ਹਾਂ ਉਹ ਜਿਹੜਾ ਕਿਸੇ ਪਸ਼ੂ ਨੂੰ ਜਾਨਵਰ ਨੂੰ ਜਿਹੜਾ ਮੰਨਣ ਲੱਗ ਗਿਆ ਕੀ ਕਾਰਨ ਸੀ ਇੰਨੇ ਕੁ ਪਹਿਰੇ ਦੇ ਵਿੱਚ ਪਿਆ ਕਿਉਂਕਿ ਕੁਦਰਤੀ ਤਾਕਤਾਂ ਨੂੰ ਜਿਹੜਾ ਉਹ ਦੇਵੀ ਮੰਨਦਾ ਸੀਗਾ ਕੁਦਰਤੀ ਤਾਕਤਾਂ ਅੱਜ ਵੀ ਹੈ ਜਿਵੇਂ ਆਪਾਂ ਪੜ ਲਿ ਗਏ ਆਪਾਂ ਦਾ ਪਤਾ ਕਿ ਬਿਜਲੀ ਲੱਛਕਦੀ ਹੈ ਕਿਉਂ ਲੱਛਕਦੀ ਹੈ ਹਵਾ ਚੱਲਦੀ ਹੈ ਹਨੇਰੀ ਆਉਂਦੀ ਹੈ ਕਿਉਂ ਚੱਲਦੀ ਹੈ ਪਰ ਉਦੋਂ ਉਸ ਦੇ ਇਨੀ ਸੋਝੀ ਦਾ ਵਿਕਾਸ ਨਹੀਂ ਹੋਇਆ ਸੀ ਕਿਉਂਕਿ ਉਹ ਜਿਹੜਾ ਪੜਿਆ ਸੀਗਾ ਹਜੇ ਸਟਾਰਟਿੰਗਸ ਦੀ ਤਾਂ ਜਿਹੜੀ ਕੁਦਰਤੀ ਤਾਕਤਾਂ ਸੀ ਉਹਨਾਂ ਨੂੰ ਉਹ ਦੇਵੀ ਮੰਨਦਾ ਸੀਗਾ ਜਦੋਂ ਬਿਜਲੀ ਕੜਕਦੀ ਸੀ ਤੂਫਾਨ ਆਉਂਦਾ ਸੀ ਜਾਂ ਕੋਈ ਬਿਮਾਰੀ ਆ ਜਾਂਦੀ ਸੀ ਉਸ ਤੋਂ ਵੀ ਉਹ ਡਰਦਾ ਸੀ ਇਹ ਸਾਰੀਆਂ ਗੱਲਾਂ ਕਾਰਨ ਉਹਦੇ ਵਿੱਚ ਧਾਰਮਿਕ ਭਾਵਨਾਵਾਂ ਨੇ ਜਿਹੜਾ ਜਨਮ ਲਿਆ ਇਸ ਤੋਂ ਇਲਾਵਾ ਜੰਗਲੀ ਜਾਨਵਰਾਂ ਤੋਂ ਡਰਦਾ ਸੀਗਾ ਜਦੋਂ ਧਾਰਮਿਕ ਭਾਵਨਾਵਾਂ ਉਹਦੇ ਵਿੱਚ ਆ ਪੈਦਾ ਹੋ ਗਈਆਂ ਜੰਗਲੀ ਜਾਨਵਰਾਂ ਤੋਂ ਡਰਦਾ ਸੀਗਾ ਇਸ ਲਈ ਉਸਨੇ ਜੰਗਲੀ ਜਾਨਵਰਾਂ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ ਫਿਰ ਅੱਗੇ ਹੋਰ ਉਸ ਦੇ ਵਿੱਚ ਭਾਵਨਾਵਾਂ ਆਉਦੀਆਂ ਉਹਦਾ ਵਿਕਾਸ ਹੁੰਦਾ ਗਿਆ ਦੁਬਾਰਾ ਜਨਮ ਦੇ ਵਿੱਚ ਵੀ ਉਹ ਵਿਸ਼ਵਾਸ ਹੈ ਜਿਹੜਾ ਰੱਖਣ ਲੱਗ ਗਿਆ ਤਾਂ ਇਸੇ ਤਰ੍ਹਾਂ ਇੱਕ ਪਰੰਪਰਾ ਇਹ ਜਿਹੜੀ ਚੱਲ ਪਈ ਜੋ ਅੱਜ ਤੱਕ ਵੀ ਚੱਲਦੀ ਹੈ ਬੇਸ਼ੱਕ ਅੱਜ ਕੱਲ ਮਨੁੱਖ ਨੂੰ ਸੋਝੀ ਆ ਗਈ ਪਰ ਕਈ ਲੋਕ ਹੈਗੇ ਜਿਹੜੇ ਦੁਬਾਰਾ ਜਨਮ ਦੇ ਵਿੱਚ ਵਿਸ਼ਵਾਸ ਰੱਖਦੇ ਐ। ਦਰਦੇ ਵੀ ਨੇ ਕਈ ਜਨਮਾਂ ਬਾਰੇ ਉਹਨੂੰ ਵੀ ਪੁੱਛਦੇ ਐ। ਤਾਂ ਇਹ ਸਾਰਾ ਸਟਾਰਟਿੰਗ ਤੋਂ ਹੋਇਆ ਜਿਹੜਾ ਚੱਲਿਆ ਆ ਰਿਹਾ। ਪੰਜਵਾਂ ਆਪਣੇ ਕੋਲੇ ਪੁਆਇੰਟ ਆ ਗਿਆ। ਆਰੰਭਿਕ ਮਨੁੱਖ ਦਾ ਪਸ਼ੂ ਪਾਲਣ ਕੀ ਸੀਗਾ? ਕਿਹੜੇ-ਕਿਹੜੇ ਪਸ਼ੂ ਪਾਲਦਾ ਸੀਗਾ? ਪਸ਼ੂ ਪਾਲਣ ਦਾ ਧੰਦਾ ਜਿਹੜਾ ਸੰਭਵ ਐ। ਪੂਰਵ ਪੱਥਰ ਯੁੱਗ ਦੇ ਆਖਰੀ ਭਾਗ ਤੋਂ ਜਿਹੜਾ ਇਹ ਸ਼ੁਰੂ ਹੋਇਆ ਸੀ। ਤਾਂ ਇੱਥੇ ਇੱਕ ਕਵਚਨ ਜਿਹੜਾ ਜ਼ਰੂਰ ਬੰਦਦਾ ਹੈ ਕਿ ਪਸ਼ੂ ਪਾਲਣ ਦਾ ਧੰਦਾ ਜਿਹੜਾ ਕਦੋਂ ਸ਼ੁਰੂ ਹੋਇਆ ਸੀ ਪੂਰਵ ਪੱਥਰ ਯੁੱਗ ਦੇ ਆਖਰੀ ਭਾਗ ਤੋਂ ਤਾਂ ਮਨੁੱਖਾ ਜਿਹੜਾ ਮੁੱਖ ਰੂਪ ਦੇ ਵਿੱਚ ਗਾਂ, ਭੇਡ, ਬੱਕਰੀ, ਕੁੱਤਾ ਆਦ ਪਸ਼ੂ ਹੈ ਜਿਹੜੇ ਪਾਲਦਾ ਸੀ। ਪਰੰਤੂ ਪਸ਼ੂ ਪਾਲਣ ਦਾ ਧੰਦਾ ਜਿਹੜਾ ਉਸ ਵੇਲੇ ਔਖਾ ਸੀ। ਖੇਤੀ ਦੀ ਸ਼ੁਰੂਆਤ ਦੇ ਨਾਲ ਮਨੁੱਖ ਦਾ ਜੀਵਨ ਵੀ ਜਿਹੜਾ ਸਥਿਰ ਹੋ ਗਿਆ ਸੀਗਾ। ਜਿਸ ਕਾਰਨ ਪਸ਼ੂ ਪਾਲਣ ਦਾ ਧੰਦਾ ਆਸਾਨ ਹੋ ਗਿਆ। ਮਨੁੱਖ ਪਾਲੇਗੇ ਪਸ਼ੂਆਂ ਦਾ ਮਾਸ ਵੀ ਜਿਹੜਾ ਖਾਂਦਾ ਸੀ। ਅਤੇ ਉਹਨਾਂ ਤੋਂ ਦੁੱਧ ਵੀ ਹੈ ਜਿਹੜਾ ਪ੍ਰਾਪਤ ਕਰਦਾ ਸੀ ਤਾਂ ਇਹ ਤੇ ਇਹੀ ਬੰਦ ਹੈ ਕਿ ਕਿਹੜੇ-ਕਿਹੜੇ ਪਸ਼ੂਗਾ ਜਿਹੜੇ ਆਰੰਭਿਕ ਸਮੇਂ ਦੇ ਵਿੱਚ ਮਨੁੱਖ ਨੇ ਪਾਲੇ ਸੀ ਗਾਂ, ਪੇੜ, ਬੱਕਰੀ ਅਤੇ ਕੁੱਤਾ ਸੋ ਉਹਨਾਂ ਤੋਂ ਇਹ ਦੁੱਧ ਵੀ ਪ੍ਰਾਪਤ ਕਰਦਾ ਸੀ ਉਹਨਾਂ ਨੂੰ ਖਾ ਵੀ ਜਾਂਦਾ ਸੀ ਨਾਲ ਨਾਲ ਖੇਤੀ ਸ਼ੁਰੂ ਹੋ ਗਈ ਤਾਂ ਪਸ਼ੂਆਂ ਦਾ ਧੰਦਾ ਉਹਦੇ ਲਈ ਜਿਹੜਾ ਸੌਖਾ ਹੋ ਗਿਆ ਕਿਉਂਕਿ ਪਸ਼ੂਆਂ ਲਈ ਵੀ ਜਿਹੜਾ ਅਨਾਜ ਪੈਦਾ ਕਰਨ ਲੱਗ ਗਿਆ ਇਸ ਤੋਂ ਬਾਅਦ ਆ ਗਿਆ ਜੀ ਕੱਪੜਾ ਬਣਾਉਣ ਦੀ ਕਲਾ ਆਰੰਭਿਕ ਮਨੁੱਖ ਦੀ ਤਾਂ ਆਰੰਭਿਕ ਮਨੁੱਖਾ ਦਰੱਖਤਾਂ ਦੀ ਛਿੱਲ ਅਤੇ ਪਸ਼ੂਆਂ ਦੀ ਖੱਲ ਨਾਲ ਆਪਣਾ ਸਰੀਰ ਢੱਕਦਾ ਸੀ ਪਰ ਇਸ ਤੋਂ ਬਾਅਦ ਉਹ ਹੌਲੀ-ਹੌਲੀ ਉਨ ਅਤੇ ਸਣ ਦੇ ਬਣੇ ਕੱਪੜੇ ਆ ਜਿਹੜੇ ਪਾਉਣ ਲੱਗ ਗਿਆ ਸਿੰਧੂ ਘਾਟੀ ਦੀਆਂ ਖੁਦਾਈਆਂ ਤੋਂ ਜੋ ਅਵਸ਼ੇਸ਼ ਪ੍ਰਾਪਤ ਹੋਏ ਐ ਤਾਂ ਮਨੁੱਖ ਦੁਆਰਾ ਕੱਪੜਾ ਬਣਾਉਣ ਦੀ ਕਲਾ ਦੀ ਜਿਹੜੀ ਜਾਣਕਾਰੀ ਮਿਲਦੀ ਐ ਇਰਾਕ ਦੇ ਵਿੱਚ ਮਿਲੇ ਅਵਸ਼ੇਸ਼ਾਂ ਤੋਂ ਮਨੁੱਖ ਦੁਆਰਾ ਉਨੀ ਕੱਪੜੇ ਦੀ ਵਰਤੋਂ ਹੋਇਆ ਜਿਹੜਾ ਪਤਾ ਲੱਗਦਾ ਉਹ ਸੂਤ ਕੱਤਣ ਕੱਪੜਾ ਬੁਣਨ ਤਕਲੀ ਤਕੂਏ ਕਰਗੇ ਵਰਗੀਆਂ ਵਸਤੂਆਂ ਦੀ ਵਰਤੋਂ ਹੈ ਜਿਹੜੀ ਕਰਦਾ ਸੀ ਤਾਂ ਇਹਦੇ ਵਿੱਚ ਕਿੰਨੇ ਕੁਐਸਚਨ ਜਿਹੜੇ ਆਗੇ ਸੋ ਪਹਿਲਾ ਪਸ਼ੂਆਂ ਦੀ ਖੱਲ ਅਤੇ ਜੋ ਦਰਖਤਾਂ ਦਾ ਛਿੱਲੜ ਹੁੰਦਾ ਹੈ ਉਸ ਨਾਲ ਆਪਣਾ ਸਰੀਰ ਢੱਕਦਾ ਸੀ ਇਸ ਤੋਂ ਬਾਅਦ ਉਸਨੇ ਉਨ ਵਰਤੀ ਜੋ ਭੇਡਾਂ ਦੀ ਸੀ ਅਤੇ ਜੋ ਸਣ ਹੁੰਦਾ ਹੈ ਇਹਦੇ ਬਣੇ ਹੋਏ ਕੱਪੜੇ ਪਾਉਣ ਲੱਗ ਗਿਆ ਸਿੰਧੂ ਘਾਟ ਦੀ ਸੱਭਿਆਤਾ ਹੋਈ ਹੈ ਜਦੋਂ ਉਹਦੀ ਖੁਦਾਈ ਹੋਈ ਹੈ ਤਾਂ ਉੱਥੋਂ ਇਹ ਕੁਝ ਚੀਜ਼ਾਂ ਕੁਝ ਜਾਣਕਾਰੀ ਜਿਹੜੀ ਮਿਲੀ ਹੈ ਜੋ ਦੱਸਦੀ ਹੈ ਕਿ ਮਨੁੱਖਾ ਨੂੰ ਜਿਹੜੀ ਕੱਪੜਾ ਬਣਾਉਣ ਦੀ ਕਲਾ ਜਿਹੜੀ ਆ ਗਈ ਸੀ ਇਰਾਕ ਦੇ ਵਿੱਚ ਅਵਸ਼ੇਸ਼ ਮਿਲੇ ਨੇ ਜੋ ਉਨੀ ਕੱਪੜਿਆਂ ਦੀ ਵਰਤੋਂ ਕੀਤੀ ਗਈ ਹੈ ਇਹ ਪਤਾ ਲੱਗਦਾ ਉੱਥੋਂ ਇਰਾਕ ਦੇ ਵਿੱਚੋਂ ਤਾਂ ਇਹ ਕੁਐਸਚਨ ਜ਼ਰੂਰ ਨੋਟ ਕਰ ਲਿਓ ਇਸ ਤੋਂ ਇਲਾਵਾ ਸੂਤ ਕੱਤਨ ਕੱਪੜਾ ਬਣਾਉਣ ਲਈ ਜਿਹੜਾ ਉਹ ਤਕਲੀ ਤਕੂਏ ਕਰਗੇ ਵਰਗੇ ਵਸਤੂਆਂ ਦੀ ਵਰਤੋਂ ਕਰਦਾ ਸੀ ਤਾਂ ਇਹ ਵੀ ਜ਼ਰੂਰ ਨੋਟ ਕਰ ਲਿਓ ਤਾਂ ਤਿੰਨ ਚਾਰ ਕੁਐਸਚਨ ਇੰਨੇ ਕ ਪਹਿਰੇ ਦੇ ਵਿੱਚ ਆ ਜਿਹੜੇ ਆਪਣੇ ਬੰਦੇ ਆ ਇਸ ਤੋਂ ਬਾਅਦ ਇੰਪੋਰਟੈਂਟ ਆ ਗਿਆ ਜੀ ਆਰੰਭਿਕ ਮਨੁੱਖ ਦੇ ਆਵਾਜਾਈ ਦੇ ਸਾਧਨ ਕਿਹੜੇ ਸੀ ਤਾਂ ਆਰੰਭਿਕ ਮਨੁੱਖ ਕੋਲ ਆਉਣ ਜਾਣ ਦੇ ਸਾਧਨ ਬਿਲਕੁਲ ਵੀ ਨਹੀਂ ਸੀ ਉਹ ਪੈਦਲ ਆ ਜਿਹੜਾ ਜੰਗਲਾਂ ਦੇ ਵਿੱਚ ਘੁੰਮਦਾ ਰਹਿੰਦਾ ਸੀ ਇਸ ਤੋਂ ਬਾਅਦ ਉਸਨੇ ਸਭ ਤੋਂ ਪਹਿਲਾਂ ਘੋੜਾ ਅਤੇ ਉੱਠ ਪਾਲਤੂ ਪਸ਼ੂਆਂ ਨੂੰ ਜਿਹੜਾ ਆਉਣ ਜਾਣ ਜਾਣ ਦੇ ਸਾਧਨ ਦੇ ਰੂਪ ਵਿੱਚ ਵਰਤਿਆ ਸੀ ਤਾਂ ਇੱਥੇ ਕੁਐਸਚਨ ਬਣ ਗਿਆ ਸੋ ਆਰੰਭ ਦੇ ਵਿੱਚ ਮਨੁੱਖ ਕੋਲ ਪਹਿਲੀ ਗੱਲ ਤਾਂ ਆਉਣ ਜਾਣ ਦੇ ਸਾਧਨ ਨਹੀਂ ਸੀ ਇਹ ਵੀ ਪੁੱਛ ਲਿਆ ਜਾਂਦਾ ਕਿ ਸਾਧਨ ਹੈਗੇ ਸੀ ਜਾਂ ਫਿਰ ਨਹੀਂ ਦੂਜਾ ਪੈਦਲ ਹੀ ਜੰਗਾਂ ਦੇ ਵਿੱਚ ਉਹ ਜਾਂਦਾ ਸੀਗਾ ਸਭ ਤੋਂ ਪਹਿਲਾਂ ਉਹਨੇ ਕਿਹੜੇ ਪਾਲਤੂ ਪਸ਼ੂਆਂ ਨੂੰ ਜਿਹੜਾ ਆਪਣੇ ਆਉਣ ਜਾਣ ਦੇ ਸਾਧਨ ਲਈ ਵਰਤਿਆ ਸੀ ਇਹ ਕੁਐਸਚਨ ਬਣੂਗਾ ਤਾਂ ਉਹ ਆ ਗਿਆ ਜੀ ਘੋੜਾ ਅਤੇ ਉੱਠ ਪਈਏ ਦੀ ਖੋਜ ਨੇ ਆਵਾਜਾਈ ਦੇ ਸਾਧਨ ਨੂੰ ਆਸਾਨ ਜਿਹੜਾ ਬਣਾ ਦਿੱਤਾ ਸੀ ਸੋ ਘੋੜੇ ਤੇ ਉੱਠ ਨੂੰ ਉਸਨੇ ਜਿਹੜਾ ਆਉਣ ਜਾਣ ਲਈ ਸਾਧਨ ਦੇ ਰੂਪ ਵਿੱਚ ਵਰਤਿਆ ਪੱਈਏ ਦੀ ਕੋ ਜੋ ਪਹਿਲੀ ਪੱਥਰ ਨੂੰ ਕਢ ਕੇ ਬਣਾ ਚੁੱਕਿਆ ਸੀਗਾ ਹੁਣ ਪੱਈਏ ਵਾਲੀਆਂ ਘੋੜਾ ਗੱਡੀਆਂ ਉੱਠ ਗੱਡੀਆਂ ਜਿਹੜੀਆਂ ਉਸ ਨੇ ਬਣਾ ਲਈਆਂ ਸੋ ਇੱਕ ਗੱਡੀ ਦੇ ਵਿੱਚ ਉਸ ਨੇ ਪੱਥਰ ਦੇ ਟਾਇਰ ਲਾ ਕੇ ਲੱਕੜ ਦੀ ਵਰਤੋਂ ਕਰਕੇ ਵਿੰਗ ਟੇਢੀ ਜਿਹੜੀ ਹੈਗੀ ਸੀ ਘੋੜਾ ਜੋੜ ਲਿਆ ਇੱਕ ਦੇ ਵਿੱਚ ਉੱਠ ਜੋੜ ਲਿਆ ਤਾਂ ਇਹਨਾਂ ਦੀ ਸਹਾਇਤਾ ਨਾਲ ਮਨੁੱਖ ਆਪ ਵੀ ਇੱਕ ਥਾਂ ਤੋਂ ਦੂਜੀ ਥਾਂ ਜਿਹੜਾ ਜਾ ਸਕਦਾ ਸੀ ਅਤੇ ਆਪਣਾ ਸਮਾਨ ਵੀ ਹੈ ਜਿਹੜਾ ਲਿਜਾ ਸਕਦਾ ਸੀ ਇਸ ਤੋਂ ਬਾਅਦ ਆਵਾਜਾਈ ਦੇ ਸਾਧਨ ਦੇ ਵਿੱਚ ਲਗਾਤਾਰ ਤੀਜੀ ਜਿਹੜੀ ਆਉਣ ਲੱਗੀ ਇਹਦਾ ਸ਼ੁਰੂਆਤ ਹੋ ਗਈ ਖੋਜ ਹੋ ਗਈ ਟੈਂਪਰੇਰੀ ਉਹਨੇ ਗੱਡੀ ਬਣਾ ਲਈ ਉਹ ਥੋੜੇ ਜੋੜ ਲੇ ਇਸ ਤੋਂ ਬਾਅਦ ਉਹ ਵਿੱਚ ਸੁਧਾਰ ਕਰਦਾ ਰਿਹਾ ਗਿਆ ਕਰਦਾ ਗਿਆ ਸੋਝੀ ਜਿਹੜੀ ਆਉਂਦੀ ਗਈ ਅੱਜ ਦੀ ਘੜੀ ਲਾ ਲੋ ਮਨੁੱਖ ਨੇ ਕੀ ਖੋਜਾ ਜਿਹੜਾ ਬਣਾ ਦਿੱਤਾ ਪਰ ਸ਼ੁਰੂਆਤ ਹੈ ਜਿਹੜੀ ਘੋੜੇ ਉੱਠ ਅਤੇ ਪੱਥਰ ਦੇ ਪਹੀਆਂ ਅਤੇ ਲੱਕੜ ਤੋਂ ਹੋਈ ਸੀ ਤਾਂ ਇਹਦੇ ਵਿੱਚ ਆਪਣੇ ਵੀ ਤਿੰਨ ਚਾਰ ਕੁਐਸਚਨ ਜਿਹੜੇ ਬਣਦੇ ਆ ਅਗਲਾ 8ਵਾਂ ਪੁਆਇੰਟ ਆਪਣੇ ਕੋਲੇ ਆ ਗਿਆ ਮਨੁੱਖ ਦੀ ਖੇਤੀਬਾੜੀ ਉਸ ਸਮੇਂ ਕਿਹੋ ਜੀ ਸੀ ਕਿਵੇਂ ਕਿਵੇਂ ਡਵੈਲਪਮੈਂਟ ਹੈ ਜਿਹੜੀ ਇਹਦੇ ਵਿੱਚ ਹੋਈ ਹੈ ਆਰੰਭਿਕ ਅਵਸਥਾ ਵਿੱਚ ਯਾਨਕਿ ਸ਼ੁਰੂ ਦੇ ਵਿੱਚ ਖੇਤੀ ਦੀ ਉਪਜ ਜਿਹੜੀ ਉਹ ਜ਼ਿਆਦਾ ਨਹੀਂ ਸੀ ਪਰ ਮਨੁੱਖ ਦੁਆਰਾ ਖੇਤੀ ਵਿੱਚ ਜਿਵੇਂ ਜਿਵੇਂ ਸੁਧਾਰ ਲਿਆਂਦਾ ਗਿਆ ਉਹਦੇ ਵਿੱਚ ਉਪਜ ਹੈ ਜਿਹੜੀ ਵਧ ਗਈ ਉਸ ਸਮੇਂ ਖੇਤੀ ਹੈ ਜਿਹੜੀ ਪਿੰਡਾਂ ਦੇ ਵਿੱਚ ਹੁੰਦੀ ਸੀ ਤਾਂ ਇਹ ਕੁਐਸਚਨ ਬਣਦਾ ਹੈ ਆਰੰਭਿਕ ਸਮਾਜ ਦੇ ਵਿੱਚ ਖੇਤੀਬਾੜੀ ਜਿਹੜੀ ਕਿੱਥੇ ਹੁੰਦੀ ਸੀ ਪਿੰਡਾਂ ਦੇ ਵਿੱਚ ਅਤੇ ਇੰਨੀ ਵਧੇਰੇ ਉਪਜ ਦੀ ਖਪਤ ਪਿੰਡਾਂ ਵਿੱਚ ਜਿਹੜੀ ਸੰਭਵ ਨਹੀਂ ਸੀ ਇਸੇ ਲਈ ਜਿਹੜਾ ਵਾਧੂ ਜਾਂ ਫालतू ਉਪਜ ਸੀ ਉਹ ਉਹਨਾਂ ਨੂੰ ਸ਼ਹਿਰਾਂ ਦੇ ਵਿੱਚ ਭੇਜ ਦਿੰਦਾ ਸੀਗਾ ਇਸੇ ਤਰ੍ਹਾਂ ਪਿੰਡਾਂ ਅਤੇ ਸ਼ਹਿਰਾਂ ਦੇ ਵਿੱਚ ਵਪਾਰ ਦੀ ਪ੍ਰਕਿਰਿਆ ਜਿਹੜੀ ਸ਼ੁਰੂ ਹੋਈ ਸੋਪਾ ਮੰਡੀ ਦੇ ਵਿੱਚ ਫਸਲ ਵੇਚ ਕੇ ਆਉਣੇ ਆ ਤਾਂ ਇਸ ਤਰ੍ਹਾਂ ਸ਼ੁਰੂ ਹੋਈ ਸੀ ਸੋ ਪਹਿਲਾ ਉਹ ਆਪਣੇ ਖਾਣ ਜੋਗਾ ਕਰਦਾ ਸੀ ਡਿਵੈਲਪਮੈਂਟ ਹੁੰਦੀ ਗਈ ਖਾਣ ਜੋਗਾ ਵੀ ਹੋਣ ਲੱਗ ਗਿਆ ਅਤੇ ਬਚਨ ਵੀ ਲੱਗ ਗਿਆ ਜਿਹੜਾ ਵਾਧੂ ਰਹਿ ਗਿਆ ਸੀਗਾ ਫਿਰ ਉਹਨੇ ਸੋਚਿਆ ਕਿ ਸ਼ਹਿਰ ਦੇ ਵਿੱਚ ਭੇਜ ਦਿੰਨੇ ਆ ਤਾਂ ਉਸਨੇ ਉੱਠਪੋੜੇ ਜੋੜੀ ਰੱਖੇ ਸੀ ਗੱਡੀਆਂ ਬਣਾ ਰੱਖੀਆਂ ਸੀ ਤਾਂ ਜੋ ਵਾਧੂ ਅਨਾਜ ਸੀਗਾ ਉਹ ਸ਼ਹਿਰਾਂ ਦੇ ਵਿੱਚ ਉਹ ਭੇਜਣ ਲੱਗ ਪਿਆ ਹੌਲੀ ਹੌਲੀ ਇਸ ਨੇ ਵਪਾਰ ਦਾ ਰੂਪ ਆ ਜਿਹੜਾ ਲੈ ਲਿਆ ਤਾਂ ਵਪਾਰ ਵੀ ਸ਼ੁਰੂ ਦੇ ਵਿੱਚ ਸੀਮਤ ਸੀਗਾ ਕੋਈ ਨਵਾਂ ਸੀਗਾ ਸੀਮਤੀ ਹੋਏਗਾ ਅਤੇ ਇਹ ਵਸਤੂਆਂ ਦੀ ਆਦਲਾ ਬਦਲੀ ਯਾਨੀ ਕਿ ਤੁਸੀਂ ਇੱਕ ਵਸਤੂ ਲੈ ਲਈ ਇੱਕ ਉਹ ਨੂੰ ਦੇਤੀ ਵਸਤੂ ਦਾ ਪਟਾਂਦਰਾ ਹੋ ਗਿਆ ਵਟਾ ਸਟਾ ਕਰ ਲਿਆ ਇਸ ਤਰ੍ਹਾਂ ਇਹ ਵਪਾਰ ਜਿਹੜਾ ਚੱਲਿਆ ਸੀਗਾ ਹੌਲੀ ਹੌਲੀ ਵਪਾਰ ਵਿੱਚ ਵਾਧਾ ਹੋਇਆ ਇਸ ਤੋਂ ਬਾਅਦ ਇਸ ਲਈ ਸਿੱਕੇ ਯਾਨੀ ਕਿ ਧਨ ਦੀ ਲੋੜ ਹੈ ਜਿਹੜੀ ਅਨੁਭਵ ਕੀਤੀ ਜਾਣ ਲੱਗ ਪਈ ਸੁਵਾਦ ਦੇ ਵਿੱਚ ਧਨ ਆ ਗਿਆ ਸਿੱਕੇ ਆ ਗਏ ਪਹਿਲਾਂ ਵਸਤੂਆਂ ਦੀ ਅਟਾ-ਬਟਾ ਕਰ ਲਿਆ ਜਾਂਦੇ ਸੀ ਆਦਾਨ-ਪ੍ਰਦਾਨ ਕਰ ਲਿਆ ਜਾਂਦਾ ਸੀ ਕਿ ਇੱਕ ਵਸਤੂ ਦੇਤੀ ਉਨੀ ਲੈ ਲਈ ਤਾਂ ਇਸ ਤੋਂ ਬਾਅਦ ਇਹ ਪ੍ਰੋਸੈਸ ਵੀ ਖਤਮ ਹੋ ਗਿਆ ਸਿੱਕੇ ਚੱਲ ਪਏ ਤਾਂ ਇਸ ਨਾਲ ਤਾਂ ਜਿਹੜਾ ਹੋਣ ਦੇ ਵਿੱਚ ਆਇਆ ਜਿਵੇਂ ਅੱਜ ਕੱਲ ਆਪਾਂ ਚੀਜ਼ਾਂ ਪੈਸਿਆਂ ਦੀ ਜਿਹੜੀਆਂ ਖਰੀਦ ਕੇ ਲਿਓਨੇ ਤਾਂ ਇਹ ਆਪਣਾ ਛੋਟਾ ਜਿਹਾ ਕਨਸੈਪਟ ਸੀਗਾ ਕੁਐਸਚਨ ਇਹਦੇ ਵਿੱਚੋਂ ਘੱਟੋ ਘੱਟ ਜ਼ਿਆਦਾ ਨਹੀਂ 10-12 ਕੁਐਸਚਨ ਜਿਹੜੇ ਜ਼ਰੂਰ ਬਣਦੇ ਆ ਤਾਂ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਕਿੰਨੇ ਕੁਐਸਚਨ ਜਿਹੜੇ ਤੁਸੀਂ ਨੋਟ ਕੀਤੇ ਆ ਤਾਂ ਕੱਲ ਨੂੰ ਆਪਣਾ ਜਿਹੜਾ ਕਨਸੈਪਟ ਹੋਊਗਾ ਆਰੰਭਿਕ ਨਗਰ ਜਿਹਦੇ ਵਿੱਚ ਹੜੱਪਾ ਸਭਿਅਤਾ ਆ ਗਈ ਸਿੰਧੂ ਘਾਟੀ ਸਭਿਅਤਾ ਆ ਗਈ ਸਾਰੀ ਇਹ ਕਨਸੈਪਟ ਅਤੇ ਨਾਲ ਜਿਹੜੇ ਜਿਹੜੇ ਇਹਦੇ ਵਿੱਚੋਂ ਕੁਐਸਚਨ ਬਣੇ ਆ ਹੁਣ ਤੱਕ 18 ਤੱਕ ਐਗਜ਼ਾਮ ਦੇ ਵਿੱਚ ਆਏ ਹੋਏ ਆ ਤਾਂ ਉਹ ਵੀ ਤੁਹਾਨੂੰ ਦੱਸਾਂਗੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਅੱਗੇ ਜਰੂਰ ਕਰਦਿਆ ਕਰੋ ਜਿਹੜੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਆ ਤਾਂ ਜੇ ਇਹਨਾਂ ਨੂੰ ਸਬਸਕ੍ਰਾਈਬ ਤੇ ਨਾਲ ਜੋ ਘੰਟੀ ਹੈ ਆਲ ਤੇ ਪ੍ਰੈਸ ਜਰੂਰ ਕਰ ਲਿਓ ਤਾਂ ਜੋ ਸਾਵੇਂ ਸਿਰ ਤੁਹਾਨੂੰ ਕਲਾਸ ਦੀ ਜਾਣਕਾਰੀ ਜਿਹੜੀ ਮਿਲ ਸਕੇ ਸੋ 2 ਵਜੇ ਆਪਣੀ ਕਲਾਸ ਹੁੰਦੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਜੋ ਵੀ ਤੁਸੀਂ ਗਰੁੱਪਾਂ ਦੇ ਵਿੱਚ ਸਟੱਡੀ ਗਰੁੱਪ ਦੇ ਵਿੱਚ ਐਡ ਹੋ ਜਰੂਰ ਸ਼ੇਅਰ ਕਰਦਿਆ ਕਰੋ ਸੋ ਮਿਲਦੇ ਆ ਜੀ ਅਗਲੇ ਨਵੇਂ ਕਨਸੈਪਟ ਨਾਲ ਉਹ ਤੱਕ ਲਈ ਧੰਨਵਾਦ